वेलकम टू अनदर ब्लॉग। जिवें तुसीं देख रहे हो बरसात हो रही है ते आपां जा रहे हां अपने यार दोस्त दा हैप्पी बर्थडे। अज उहदे कोल जा रहे हैं, उहने पार्टी रखी है घरे ते सैलीब्रेट कर रहे हां उहदा बर्थडे। दिखाउणे सानूं क्लिपां जो भी है, बाकी बारिश हो रही है। मैं जा रहा उहनां दे घर वल, जाके सानूं दिखाउणा उत्थे बर्थडे उहदा। ओ खड़े जसपाल सिंह, उहदे नाल चलदे हां आपां उहदे कोले। आ गया बर्थडे वाला मुंडा साडा। और भाई हैप्पी बर्थडे। टुट के पाऊंगे जो वीडियो फोटो का फेर आऊगा ना स्वाद वीडियो का। और क्रीम का कॉल लगाना लग जूगी, क्रीम का कॉल लगाना लग जू। बरसात होके हट गई है ते पार्टी कर रहे हैं जी। तो हम आप जा रहे हैं खेत में, तो पहला मैं घर जाके फिर देखते हैं कि खेत गेड़ा मार के आवेंगे तो सूँ खेत दिखाने आप। तो बाकी बरसात होके हट गई, तो बाकी चिकड़ी चिकड़ हो गया चार सवेरे। तो आप चलते हैं घर नूं, तो उस बाद चला खेत सू खेत दिखाने। तो मिलते हैं हम आप फिर घर जाके सूँ जी। फिर आप चल रहे हैं खेत वालों, तो आप अपना साइकिल तोर लिया फिर खेत वालों, तो जाके देख रहे हैं कि हाल चाल है खेत के। बाकी मीह तुम देख ही सकते हो कि पैगा, बाकी मीह बहुत ज़्यादा पै तो नुकसान तो नहीं होया फसल में। आप जाके देखते हैं नरमे की कितने पानी भी ना बहुत ज़्यादा खड़ गया हो किसी ने जाके दिखाने उ।
ਬੂਟਾ ਲਾਉਣਾ ਸ਼ੁਰੂ ਕਰਤਾ ਲੋਕਾਂ ਨੇ ਸਾਡੇ ਇੱਧਰ ਲੱਗ ਚੁੱਕੇ ਆ ਵਿੱਚ ਤਾਂ ਕੁਛ ਨਾ ਕੁਛ ਝੋਨੇ ਦੇ ਵਿੱਚ ਲਾਈ ਜਾਂਦੇ ਹਜੇ ਬਾਕੀ ਮੌਸਮ ਠੰਡਾ ਹੋਣ ਕਰਕੇ ਮੀਂਹ ਪੈਣ ਕਰਕੇ ਝੋਨਾ ਵੀ ਵਧੀਆ ਚੱਲੂਗਾ ਹੁਣ ਵਧੀਆ ਫਾਇਦਾ ਹੀ ਆ ਇਸ ਚੀਜ਼ ਦਾ ਹੈ ਤਾਂ ਜੀਰੀ ਵਾਲਿਆਂ ਨੂੰ ਸੌਖਾ ਹੋਜੂ ਝੋਨਾ ਮੱਚ ਜਾਂਦਾ ਜਿਹੜਾ ਉਹ ਨਹੀਂ ਮੱਚਣਾ ਹੁਣ ਗਰਮੀ ਦੇ ਕਾਰਨ ਪਹਿਲਾਂ ਜੇ ਮੰਨ ਲਓ ਮੀਂਹ ਨਾ ਪਿਆ ਹੋਵੇ ਜਾਂ ਗਰਮੀ ਹੁੰਦੀ ਆ ਉਦੋਂ ਫਿਰ ਝੋਨਾ ਮੱਚਣ ਲੱਗ ਜਾਂਦਾ ਹੈਗਾ ਦੁਬਾਰੇ ਡੱਕੇ ਡੁੱਕੇ ਲਾਉਣੇ ਪੈਂਦੇ ਹੁਣ ਵਧੀਆ ਡੱਕੇ ਲਾਉਣ ਦੀ ਲੋੜ ਨਹੀਂ ਪੈਣੀ 10-15 ਦਿਨਾਂ ਤੱਕ ਸਾਰਾ ਕੰਮ ਨਿਬੜ ਜਾਣਾ ਝੋਨੇ ਵਾਲਾ ਚਲੋ ਬਾਕੀ ਚੱਲਦੇ ਹਾਂ ਆਪਾਂ ਖੇਤ ਬਸ ਪਹੁੰਚਣ ਵਾਲੇ ਹੈਗੇ ਪਾਇਆ ਜਾਂਦਾ ਆਪਾਂ 2 ਕਿਲੋਮੀਟਰ ਵਾਂਗੂ ਪਾਇਆ ਜਾਂਦਾ ਆਪਣਾ ਖੇਤ ਪਿੰਡ ਤੋਂ ਅਤੇ ਬਾਕੀ ਪਹੁੰਚਦੇ ਹਾਂ ਆ ਗਿਆ ਸਾਡਾ ਬੰਨ ਨਾਲੀ ਵਾਲਾ ਇਹ ਦੇਖ ਲਓ ਸਾਡਾ ਐਡਾ ਚਾਰਾ ਹੈਗਾ ਖੇਤ ਨੂੰ ਜਾਂਦਾ ਜਿਹੜਾ ਮੀਂਹ ਬਹੁਤ ਪਿਆ ਯਾਰ ਬਾਕੀ ਮੀਂਹ ਪਿਆ ਹੈਗਾ ਆਪਾਂ ਜਾ ਰਹੇ ਹਾਂ ਆਪਣੀ ਲੂਣਾ 'ਤੇ ਅਤੇ ਖੇਤ ਪਹੁੰਚਣ ਵਾਲੇ ਹਾਂ ਹੁਣ ਆਪਾਂ ਅਤੇ ਦੇਖਦੇ ਹਾਂ ਤੁਹਾਨੂੰ ਦਿਖਾਉਂਦੇ ਖੇਤ ਵੀ ਆਪਣੇ ਜਵਾਰ ਵੀ ਡਿੱਗ ਪਈ ਮੀਂਹ ਨਾਲ ਝੱਖੜ ਆਇਆ ਸੀਗਾ ਜਿਹੜਾ ਉਹਦੇ ਨਾਲ ਜਵਾਰ ਵੀ ਡਿੱਗ ਪਈ ਅਤੇ ਅੱਗੇ ਸਾਨੂੰ ਦਿਖਾਉਣੇ ਆ ਇੱਧਰ ਆ ਸਾਰੇ ਕਿਤੇ ਝੋਨਾ ਲੱਗ ਜਾਣਾ ਇੱਧਰ ਰਾਮੂ ਹੋਰੀ ਖੜ੍ਹੇ ਆ ਜੀਰੀ ਲਾਉਣ ਆਏ ਹੋਏ ਆ ਆਹ ਲਾਈ ਹੋਈ ਆਪਾਂ ਸਬਜ਼ੀ ਇੱਧਰ ਤੋਰੀਆਂ ਦੇ ਬੀਜ ਲਾਤੇ ਸੀਗੇ ਅਤੇ ਇੱਧਰ ਚੌਲੇ ਲਾਤੇ ਸੀਗੇ ਆਪਾਂ ਅਤੇ ਵਧੀਆ ਹੋ ਜਾਣਗੇ ਇਹ ਅਤੇ ਗਵਾਰਾ ਵੀ ਲਾਇਆ ਵਿੱਚ ਇਹਦੇ ਗਵਾਰਾ ਵੀ ਚੱਲ ਪੂਗਾ ਵਧੀਆ ਚੱਲ ਪੈਣਗੀਆਂ ਹੁਣ ਇਹ ਮੀਂਹ ਪੈਣ ਕਾਰਨ ਗਰਮੀ ਘੱਟ ਗਈ ਆਹ ਦੇਖੋ ਆਪਣਾ ਨਰਮਾ ਕੇਰਾਂ ਤਾਂ ਖੜ੍ਹਾ ਪੂਰਾ ਵਧੀਆ ਆਪਣੇ ਗਵਾਂਢੀ ਝੋਨਾ ਲਾਉਣ ਲੱਗ ਗਏ ਸ਼ਾਇਦ ਇਹ 2-4 ਦਿਨਾਂ ਤੱਕ ਲੱਗ ਜਾਊਗਾ ਝੋਨਾ ਇਹਨਾਂ ਦਾ ਲਾ ਦੇਣਗੇ ਹੁਣ ਤਾਂ ਸਾਰੇ ਚਲੇ ਗਏ ਨੇ ਇੱਥੋਂ ਦਿਨ ਵੀ ਛਿਪਣ ਵਾਲਾ ਹੋ ਗਿਆ ਅਤੇ ਮੌਸਮ ਬਹੁਤ ਸੋਹਣਾ ਹੋ ਰਿਹਾ ਅਤੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਘਰ ਟਾਈਮ ਕਾਫੀ ਹੋ ਗਿਆ ਸੀ ਅਤੇ ਖੇਤੋਂ ਮੁੜੇ ਆਏ ਸੀਗੇ ਅਤੇ ਘਰ ਆ ਗਏ ਹੁਣ ਆਪਾਂ ਆਪਣੇ ਕੋਠੇ 'ਤੇ ਫਿਰਦੇ ਸੀਗੇ ਅਤੇ ਇੱਧਰੋਂ ਬਲਜੀਤ ਸਿੰਘ ਇਹ ਕਦੋਂ ਦਾ ਕਰੀ ਜਾਂਦਾ ਕਹਿੰਦਾ ਮੈਂ ਵੀਡੀਓ ਬਣਾਉਣੀ ਹੈ ਅਤੇ ਮੈਂ ਕਹਿੰਦਾ ਡੈਡ ਲਿਫਟ ਲਾ ਕੇ ਦਿਖਾਉਣੀ ਹੈ ਕਹਿੰਦਾ ਵਜਨ ਚੱਕ ਕੇ ਦਿਖਾਉਣਾ ਮੈਂ ਇਹਨੂੰ ਕਹੀ ਜਾਂਦਾ ਵੀ ਤੂੰ ਵਜਨ ਨਹੀਂ ਚੱਕ ਸਕਦਾ ਇਹ ਕਹਿੰਦਾ ਮੈਂ ਚੱਕਣਾ ਗਾ ਹਾਂ ਕੀ ਕਹਿਣਾ ਚਾਹੁੰਦਾ ਤੂੰ ਫਿਰ ਦੱਸ ਮੈਂ ਚੱਕ ਲੂੰਗਾ ਅੱਛਾ ਮੈਂ ਕਹਿ ਇਹਨੂੰ ਵੀ ਤੂੰ ਨਹੀਂ ਚੱਕ ਸਕਦਾ ਅਤੇ ਸਾਡੀ ਲੱਗ ਚੁੱਕੀ ਹੈ ਸ਼ਰਤ ਅਤੇ ਜਿਹੜਾ ਹਾਰ ਗਿਆ ਉਹ ਜਿਹੜਾ ਹਾਰ ਗਿਆ ਅਤੇ ਉਹ ਖਾਣ ਨੂੰ ਕੀ ਲਿਆ ਕੇ ਦੇਊਗਾ ਫਿਰ ਮੈਂ ਠੰਡਾ ਲਿਆ ਦੂੰਗਾ ਹਾਂ ਇਹ ਕਹਿੰਦਾ ਮੈਂ ਠੰਡਾ ਲਿਆ ਕੇ ਦੇਊਂਗਾ ਅਤੇ ਜੇ ਜਿੱਤ ਗਿਆ ਤਾਂ ਮੈਂ ਲਿਆ ਕੇ ਦੇਊਂਗਾ ਚੱਲ ਦੇਖ ਰਹੇ ਇਹਨੂੰ ਆਪਾਂ ਫਿਰ ਵੀ ਕੀ ਕਰਦਾ ਇਹ ਕੀ ਨਹੀਂ ਚੋਬਰ ਪੂਰਾ ਫਾਰਮ 'ਚ ਆਇਆ ਖੜ੍ਹਾ ਹੁਣ ਤਾਂ ਫਿਰ ਇੱਥੋਂ ਨਹੀਂ ਚੱਕਿਆ ਜਾਣਾ ਮੈਂ ਤੈਨੂੰ ਕਹਿਣਾ ਗਾ ਮੈਂ ਚੱਕ ਦੂੰਗਾ ਨਹੀਂ ਨਹੀਂ ਚੱਕਿਆ ਜਾਣਾ ਸ਼ਰਤ ਲੱਗੀ ਸ਼ਰਤ ਤਾਂ ਲੱਗੀ ਹਾਂ ਲੱਗ ਗਈ ਚੱਲ ਬਸ ਸ਼ਰਤ ਲੱਗ ਗਈ ਠੰਡਾ ਪਿਆਣਾ ਮੈਂ ਠੰਡਾ ਪਿਆਉਂਗਾ ਹਾਂ ਲੱਗ ਗਈ ਚੱਲ ਚੱਲ ਹਾਂ ਸਹੀ ਤਰੀਕੇ ਨਾਲ ਚੱਕੀ ਫਿਰ ਹਾਂ ਦੇਖ ਲਓ ਸਾਡਾ ਭਲਵਾਨ ਦੇਖ ਲਓ ਤੁਸੀਂ ਪੂਰਾ ਸਿਰਾ ਆਪਾਂ ਜਿੰਮ ਲਾਉਣ ਲੱਗਣਾ ਹੈਗਾ ਹਾਂ ਜਿੰਮ ਲਾਉਣ ਜਿੰਮ ਲਾ ਕੇ ਆਪਾਂ ਇਹਨੂੰ ਚੱਕ ਕੇ ਦਿਖਾਇਆ ਕਰਾਂਗੇ ਬੇਟ ਅੱਛਾ ਫਿਰ ਫੌਜ ਚ ਜਾਵਾਂ ਪੰਗੇ ਪੰਗੇ ਲੈਂਦਾ ਫਿਰਦਾ ਪੂਰਾ ਹੁਣ ਕਹਿੰਦਾ ਮੈਂ ਉਹ ਲਾ ਕੇ ਦਿਖਾਉਣ ਸਾਰੇ ਚੱਕ ਕੇ ਲਾਉਣੇ ਆ ਕਹਿੰਦਾ ਤੇ ਇੱਧਰ ਦਾ ਓਡਾ ਤੇਰੇ ਚ ਭਾਰ ਨਹੀਂ ਜਿੰਨਾ ਬੇਟਾਂ ਚ ਭਾਰ ਆ ਕਿੰਨੇ ਕਿੰਨੇ ਆ ਦਾ ਲਾਉਣੇ ਆ ਕਿਵੇਂ ਲਾਏਗਾ ਤੂੰ ਮੈਂ ਭਾਂ ਤੂੰ ਕਿੰਨੇ ਆ ਦਾ ਵੀ ਮੈਂ ਤੁਹਾਨੂੰ ਲੱਗ ਇੱਥੋਂ ਦੋ ਵੀ ਨਹੀਂ ਲੱਗਣੇ ਇਹ ਮੈਂ 5 ਲਾ ਨਹੀਂ ਲੱਗਣੇ ਲਾ ਦੂੰ ਚੈਲੰਜ ਕਰਦਾ ਮੁੰਡਾ ਲੱਗ ਜੂ ਪਤਾ 5 ਲਾਉਂਦਾ ਕਿ ਨਾ ਇਹ ਅਤੇ ਤੁਸੀਂ ਬਾਈਸੈਪ ਦੇਖੋ ਮੁੰਡੇ ਦਾ ਅਤੇ ਇਹ ਟ੍ਰਾਈਸੈਪ ਵੀ ਦੇਖੋ ਦੇਖੋ ਇਹ ਫਰੰਟ ਬਾਈਸੈਪ ਫਰੰਟ ਬਾਈਸੈਪ ਉਹ ਜਿਵੇਂ ਮਾਰਦੇ ਇਹ ਫਰੰਟ ਬਾਈਸੈਪ ਵੀ ਦੇਖ ਲਓ ਤੁਸੀਂ ਮੁੰਡੇ ਦਾ ਦੇਖੋ ਟ੍ਰਾਈਸੈਪ ਵੀ ਦਿਖਾਓ ਬੜੇ ਬੈਕ ਵੀ ਦਿਖਾ ਦੇ ਬਣਾ ਕੇ ਹੁਣ ਕਮਜ਼ੋਰੀ ਦਾ ਮਾਰਿਆ ਹੋਇਆ ਇਹ ਹੁੰਦਾ ਅਤੇ ਬਾਕੀ ਠੀਕ ਹੈ ਆਪਣੇ ਸੋਲਰ ਸਾਫ਼ ਕਰਨ ਵਾਲੇ ਆ ਕਹਿੰਦੀ ਇਹ ਮੈਂ ਤਾਂ ਮਤਲਬ ਧੂਲ ਜੀ ਜੰਮ ਗਈ ਹਨੇਰੀ ਆਈ ਸੀਗੀ ਨਾਲ ਤਾਂ ਕਰਕੇ ਜੰਮ ਗਈ ਅਤੇ ਇਹ ਸਾਫ਼ ਕਰੇ ਤੋਂ
ਹੁਣ ਵੀ ਬਿਜਲੀ ਵੱਧ ਕੱਢਣ ਲੱਗ ਜਾਂਦੇ ਨਹੀਂ ਘੱਟ ਕੱਢਦੇ ਹੈਗੇ ਪਾਵਰ ਸਪਲਾਈ ਘੱਟ ਦੇਣ ਲੱਗ ਜਾਂਦੇ ਆ ਅਤੇ ਹੁਣ ਆਇਆ ਵੀ ਇਹ ਬਿਜਲੀ ਵੱਧ ਕੱਢਣਗੇ ਤਾਂ ਕਰਕੇ ਕਹਿੰਦੇ ਸਾਫ਼ ਕਰ ਦਿੰਦੇ ਹਾਂ ਇਹਨਾਂ ਨੂੰ ਨਹੀਂ ਤਾਂ ਕੋਈ ਐਡੀ ਗੱਲ ਵੀ ਨਹੀਂ ਹੁੰਦੀ ਜੇ ਐਂ ਵੀ ਪੈ ਰਹਿਣਗੇ ਤਾਂ ਐਂ ਵੀ ਚੱਲੀ ਜਾਂਦੇ ਇਹ ਕੋਈ ਐਡੀ ਗੱਲ ਨਹੀਂ ਹੁੰਦੀ ਬਾਕੀ ਐਂ ਵੀ ਸਾਫ਼ ਕਰ ਦਿੰਦੇ ਹਾਂ ਤਾਂ ਇਹਨਾਂ ਨੂੰ ਛੇਤੀ ਵੱਧ ਚੱਲਣ ਲੱਗ ਜਾਂਦੀ ਹੈ ਮਤਲਬ ਡਾਇਟ ਇਨਵੈਟਰ 'ਚ ਵੱਧ ਭੇਜਣ ਲੱਗ ਜਾਂਦੇ ਇਹ ਅਤੇ ਬਾਕੀ ਹੁਣ ਆਪਣਾ ਡਾਊਨ ਸਾਫ਼ ਕਰਨਗੇ ਇਹਨੂੰ ਚਮਕਣ ਲਾ ਦਿੱਤੇ ਆਪਾਂ ਸੋਲਰ ਪੈਨਲ ਸਾਫ਼ ਕਰ ਦਿੱਤੇ ਐਂਡ ਪੂਰੀ ਚੰਗੀ ਤਰ੍ਹਾਂ ਤੋਂ ਸਫਾਈ ਕਰਤੀ ਇਹਨਾਂ ਦੀ ਵਧੀਆ ਹੁਣ ਪੂਰੇ ਕਲੀਨ ਹੋ ਚੁੱਕੇ ਨੇ ਇਹ ਪੂਰੇ ਸਾਫ਼ ਕਰ ਦਿੱਤੇ ਨੇ ਆਪਾਂ ਹੁਣ ਇਹ ਅੱਜ ਆਪਣੇ ਵੀਰ ਦਾ ਬਰਥਡੇ ਸੀਗਾ ਪੂਰਾ ਇੰਜੋਏ ਕਰਕੇ ਆਏ ਉੱਥੇ ਕੁਛ ਕੁ ਵੀਡੀਓ ਮੈਂ ਨਹੀਂ ਬਣਾ ਇੰਜੋਏ ਕਰਿਆ ਹੈਪੀ ਬਰਥਡੇ ਵੀਡੀਓ ਤੈਨੂੰ ਚੰਗਾ ਦੱਸਦਾ ਰਿਹਾ ਬਾਕੀ ਸ਼ਾਮ ਹੋ ਚੱਲਿਆ ਅਤੇ ਹੁਣ ਆਪਾਂ ਕਰਦੇ ਹਾਂ ਆਪਣੇ ਬਲੌਗ ਦਾ ਐਂਡ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਤੁਹਾਡੇ ਲਾਈਕ ਕਰਨ ਨਾਲ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਬਾਕੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਨਵੇਂ ਨਵੇਂ ਵਲੌਗ ਤੁਹਾਡੇ ਕੋਲ ਆਉਂਦੇ ਰਹਿਣ ਅਤੇ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਅਤੇ ਬਾਕੀ ਜਿੱਥੇ ਜੇ ਕਿਤੇ ਸਾਡੇ ਤੋਂ ਕੋਈ ਗਲਤੀ ਹੁੰਦੀ ਹੈ ਤਾਂ ਸਾਨੂੰ ਜ਼ਰੂਰ ਦੱਸ ਦਿਆ ਕਰੋ ਕਮੈਂਟ ਬਾਕਸ ਵਿੱਚ ਚੈਨਲ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਹਾਂ ਜ਼ਰੂਰ ਕਰ ਦਿਓ ਸਾਡੇ ਚੈਨਲ ਨੂੰ ਤਾਂ ਕਿ ਤੁਹਾਨੂੰ ਚੰਗੇ ਚੰਗੇ ਵਲੌਗ ਮਿਲਦੇ ਰਹਿਣ ਅਤੇ ਤਾਂ ਅੱਗੇ ਅੱਗੇ ਤੋਂ ਅੱਗੇ ਤੁਹਾਡੇ ਕੋਲ ਹੋਰ ਵੀ ਵਲੌਗ ਹਾਂ ਨੋਟੀਫਿਕੇਸ਼ਨ ਬੈਲ ਨੂੰ ਜ਼ਰੂਰ ਔਨ ਕਰ ਦਿਓ ਤਾਂ ਕਿ ਤੁਹਾਡੇ ਕੋਲ ਅਸੀਂ ਜਦੋਂ ਵੀ ਨਵੀਂ ਵੀਡੀਓ ਪਾਈਏ ਤਾਂ ਨੋਟੀਫਿਕੇਸ਼ਨ ਆਏ ਅਤੇ ਤੁਸੀਂ ਵੀਡੀਓ ਦੇਖ ਸਕੋ ਬਾਕੀ ਸਪੋਰਟ ਕਰੋ ਸਾਰੇ ਜਣੇ ਨਵਾਂ ਚੈਨਲ ਹੈ ਬਈ ਆਪਣਾ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਨੂੰ ਮਿਲਦੇ ਹਾਂ ਅਨਦਰ ਵਲੌਗ 'ਚ ਓਕੇ ਬਾਏ ਬਾਏ ਗੁੱਡ ਨਾਈਟ